ਹਰਭਜਨ ਸਿੰਘ ਨੂੰ ਕਲੇਮ ਦੇ ਸਿਲਸਿਲੇ 'ਚ ਇੱਕ ਘਰ ਦਿਖਾਉਣ ਲਈ ਅਫਸਰ ਜਿਹੜਾ ਹੈ ਉਹ ਲੈ ਕੇ ਗਿਆ। ਉਹ ਘਰ ਦਾ ਦਰਵਾਜ਼ਾ ਖੋਲ੍ਹਿਆ ਗਿਆ, ਘਰ ਦੇ ਅੰਦਰ ਗਏ ਔਰ ਬਹੁਤ ਹੀ ਪਰੇਸ਼ਾਨ ਹੋ ਕੇ ਹਰਭਜਨ ਸਿੰਘ ਵਾਪਸ ਆਉਂਦੇ ਆ। ਉਹ ਪੁੱਛਦਾ ਅਫਸਰ ਕਿ ਕੀ ਹੋਇਆ, ਘਰ ਨਹੀਂ ਲੈਣਾ? ਉਹ ਬਿਲਕੁਲ ਚੁੱਪ ਛਾਪ ਆਪਣੇ ਘਰ ਵਾਪਸ ਆ ਜਾਂਦੇ ਨੇ, ਉਹ ਘਰ ਨਹੀਂ ਲੈਂਦੇ। ਆਪਣੀ ਜ਼ਿੰਦਗੀ ਦੇ ਆਖੀਰ ਦੇ ਵਿੱਚ ਇੱਕ ਦਿਨ ਬੈਠੇ ਹੋਏ ਮੈਨੂੰ ਦੱਸਦੇ, ਕਹਿੰਦੇ ਮੰਟੂ ਇਸ ਤਰ੍ਹਾਂ ਮੈਂ ਇੱਕ ਘਰ ਦੇਖਣ ਗਿਆ, ਉਸ ਘਰ ਦੇ ਵਿੱਚ ਅਜੇ ਵੀ ਜਿਹੜਾ ਆਖਰੀ ਖਾਣਾ ਉੱਥੇ ਪੱਕਿਆ ਹੈ ਉਹਦੀ ਖੁਸ਼ਬੂ, ਉਹਦੀ ਜਿਹੜੀ ਨਾ ਬਾਸੀ ਹੋ ਰਹੀ ਖੁਸ਼ਬੂ ਉੱਥੇ ਮੌਜੂਦ ਹੈ। ਆਦਮੀ ਦੀ ਸਭ ਤੋਂ ਵੱਡੀ ਪਰੇਸ਼ਾਨੀ ਜ਼ਿੰਦਗੀ 'ਚ ਹੈ ਕਿ ਉਹਨੂੰ ਸਮਝ ਨਹੀਂ ਆਉਂਦਾ ਕਿ ਔਰਤਾਂ ਹੱਸ ਕਿਉਂ ਰਹੀਆਂ ਹੈ। ਬੜੀ ਵੱਡੀ ਪਰੇਸ਼ਾਨੀ ਹੈ। ਇੱਕ ਦਿਨ ਮੈਂ ਉੱਪਰ ਸੁੱਤਾ ਪਿਆ ਔਰ ਅੱਧੀ ਰਾਤ ਨੂੰ ਘਰ 'ਚ ਬੜੀ ਹਲਚਲ ਹੋ ਗਈ, ਮੈਂ ਛੋਟਾ ਬੱਚਾ, ਬੜੀ ਹਲਚਲ, ਮੇਰੀ ਮਾਸੀਆਂ ਉੱਪਰ ਥੱਲੇ ਜਿਹੜੀਆਂ ਜਾ ਰਹੀਆਂ ਉਹਨਾਂ ਦੇ ਨਾ ਇੱਥੇ ਵੰਗਾਂ ਪਈਆਂ ਖੜਕਾ ਰਹੀਆਂ ਖੁਸ਼ੀ 'ਚ। ਰਾਤੀ 2:30-3 ਵਜੇ ਕਾਹਦੀ ਖੁਸ਼ੀ ਜਿਹੜੀ ਘਰ 'ਤੇ ਉਤਰੀ, ਉਹ ਮੈਂ ਮੇਰੀ ਜਿਹੜੀ ਨੀਂਦ ਜਿਹੜੀ ਅੱਧੀ ਪਚੱਧੀ ਜਿਹੜੀ ਖੁੱਲ੍ਹ ਗਈ ਹੈ ਅਤੇ ਮੈਂ ਦੇਖਦਾ ਕਿ ਇੱਕ ਬੰਦਾ ਉਹਦਾ ਮੂੰਹ ਬਿਲਕੁਲ ਮੇਰੇ ਮੂੰਹ ਦੇ ਉੱਤੇ ਔਰ ਉਹ ਬੜਾ ਉਹਦੇ 'ਤੇ ਮੁਸਕਾਨ ਹੈ ਉਹਦੇ ਮੂੰਹ 'ਤੇ ਔਰ ਉਹਨੂੰ ਮਾਸੀਆਂ ਕਹਿੰਦੀਆਂ ਨੇ ਸੌਂਦੇ ਹੋ ਮੀਰ ਚਾਚੇ ਨੂੰ ਸੌਂਦੇ ਹੋ। ਮੀਰ ਚਾਚਾ ਕੌਣ ਹੈ? ਉਹ ਬੰਦਾ ਲਾਹੌਰ ਤੋਂ ਆਇਆ। ਦੇਖੋ ਮੈਂ ਮੇਰੀ ਜਿਹੜੀ ਹੈ ਕੀ ਕਹਿੰਦੇ ਮੇਰੀ ਜਿਹੜੀ ਇੰਟਰੋਡਕਸ਼ਨ ਉਹਦੇ ਦੱਸਿਆ ਗਿਆ ਕਿ ਮੈਂ 3 ਸਾਲ ਬਾਅਦ ਆਜ਼ਾਦੀ ਦੇ 3 ਸਾਲ ਬਾਅਦ ਪੈਦਾ ਹੋਇਆ। 3 ਸਾਲ ਬਾਅਦ ਪੈਦਾ ਹੋਣ ਦਾ ਮਤਲਬ ਹੈ ਕਿ ਅਜੇ ਜਿਹੜਾ ਪਾਰਟੀਸ਼ਨ ਹੈ, ਜਿਹੜੀ ਵੰਡ ਹੈ, ਇਹਦਾ ਜਿਹੜਾ ਦੁੱਖ ਹੈ ਉਹ ਅਜੇ ਖਤਮ ਨਹੀਂ ਹੋਇਆ। ਮੇਰੇ ਸਾਹਮਣੇ ਤਿੰਨ ਸਿਟੀਜ਼ ਨੇ, 3 ਸ਼ਹਿਰ ਨੇ। ਇੱਕ ਅੰਮ੍ਰਿਤਸਰ ਹੈ ਜਿੱਥੇ ਮੇਰੀ ਪੈਦਾਇਸ਼ ਹੈ, ਇੱਕ ਦਿੱਲੀ ਹੈ ਜਿੱਥੇ ਮੇਰੀ ਪਰਵਰਿਸ਼ ਹੋਈ, ਜਿੱਥੇ ਮੇਰੀ ਪੜ੍ਹਾਈ ਲਿਖਾਈ ਹੋਈ, ਜਿੱਥੇ ਮੇਰਾ ਬਚਪਨ ਗੁਜ਼ਰਿਆ। ਇੱਕ ਛੋਟਾ ਜਿਹਾ ਟਾਊਨ ਹੈ ਜਿਹਨੂੰ ਡਲਹੌਜ਼ੀ ਕਹਿੰਦੇ, ਉਦੋਂ ਪੰਜਾਬ 'ਚ ਹੀ ਸੀਗਾ, ਇੱਕ ਹਿੱਲ ਸਟੇਸ਼ਨ, ਅੱਜ ਕੱਲ੍ਹ ਹਿਮਾਚਲ 'ਚ ਹੈ। ਉੱਥੇ ਹਰ ਛੁੱਟੀਆਂ 'ਚ ਅਸੀਂ ਤਕਰੀਬਨ 2-3 ਮਹੀਨੇ ਅਸੀਂ ਜਾਂਦੇ ਸੀ। ਇਹ ਮੇਰਾ ਕਿੱਸਾ ਹੈ। ਸਵਾਲ ਹੈ ਕਿ ਘਰ ਕਿੱਥੇ ਹੈ? ਵੇਅਰ ਇਜ਼ ਦਾ ਹਾਊਸ? ਐਕਚੁਲੀ ਵੇਅਰ ਇਜ਼ ਦਾ ਹੋਮ? ਹੋਮ ਜਿਹੜਾ ਹੈ ਉਹ ਕਿਸ ਤਰ੍ਹਾਂ ਹਾਊਸ ਬਣ ਜਾਂਦਾ ਹੈ? ਪਾਰਟੀਸ਼ਨ ਦੇ ਬਾਅਦ ਇੱਕ ਸਿਸਟਮ ਸੀ, ਉਹਨਾਂ ਨੂੰ ਕਹਿੰਦੇ ਸੀ ਕਲੇਮ। ਕਲੇਮ ਦਾ ਮਤਲਬ ਇਹ ਹੈ ਕਿ ਤੁਹਾਨੂੰ ਜੇ ਤੁਹਾਡੇ ਕੋਲ ਪੇਪਰਸ ਹੈਗੇ ਨੇ ਉਸ ਘਰ ਦੇ ਜਿਹੜਾ ਤੁਸੀਂ ਲਾਹੌਰ 'ਚ ਛੱਡ ਕੇ ਆਏ ਹੋ, ਉਸ ਪੇਪਰ ਦੇ ਬੇਸਿਸ ਦੇ ਉੱਤੇ ਤੁਹਾਨੂੰ ਦਿੱਲੀ ਦੇ ਵਿੱਚ ਇੱਕ ਘਰ ਦਿੱਤਾ ਜਾਏਗਾ। ਉਹ ਇੱਕ ਅਜੀਬ ਜਿਹੀ ਅਵਸਥਾ ਹੈ ਕਿ ਬੰਦੇ ਆ ਰਹੇ ਨੇ, ਪੇਪਰ ਦਿਖਾ ਰਹੇ ਨੇ, ਪੇਪਰ ਤੁਹਾਨੂੰ ਜਿੱਦਣ ਉਹਨਾਂ ਨੂੰ ਲੱਗਦਾ ਕਿ ਅੱਛਾ ਇੱਥੇ ਇੱਕ ਮੁਸਲਮਾਨ ਰਹਿੰਦਾ ਸੀ, ਮੁਸਲਮਾਨ ਫੈਮਿਲੀ ਚਲੀ ਗਈ, ਲਾਹੌਰ ਚਲੀ ਗਈ, ਇਹ ਘਰ ਹੁਣ ਖਾਲੀ ਹੈ, ਇੱਥੇ ਤੁਸੀਂ ਆ ਜਾਓ। ਹਰਭਜਨ ਸਿੰਘ ਨੂੰ ਕਲੇਮ ਦੇ ਸਿਲਸਿਲੇ 'ਚ ਇੱਕ ਘਰ ਦਿਖਾਉਣ ਲਈ ਅਫਸਰ ਜਿਹੜਾ ਹੈ ਉਹ ਲੈ ਕੇ ਗਿਆ। ਉਹ ਘਰ ਦਾ ਦਰਵਾਜ਼ਾ ਖੋਲ੍ਹਿਆ ਗਿਆ, ਘਰ ਦੇ ਅੰਦਰ ਗਏ ਔਰ ਬਹੁਤ ਹੀ ਪਰੇਸ਼ਾਨ ਹੋ ਕੇ ਹਰਭਜਨ ਸਿੰਘ ਵਾਪਸ ਆਉਂਦੇ ਆ। ਉਹ ਪੁੱਛਦਾ ਅਫਸਰ ਕਿ ਕੀ ਹੋਇਆ, ਘਰ ਨਹੀਂ ਲੈਣਾ?
ਉਹ ਬਿਲਕੁਲ ਚੁੱਪ ਛਾਪ ਆਪਣੇ ਘਰ ਵਾਪਸ ਆ ਜਾਂਦੇ ਨੇ, ਉਹ ਘਰ ਨਹੀਂ ਦਿੰਦੇ। ਆਪਣੀ ਜ਼ਿੰਦਗੀ ਦੇ ਆਖੀਰ ਦੇ ਵਿੱਚ ਇੱਕ ਦਿਨ ਬੈਠੇ ਹੋਏ ਮੈਨੂੰ ਦੱਸਦੇ, ਕਹਿੰਦੇ ਮੰਟੂ ਇਸ ਤਰ੍ਹਾਂ ਮੈਂ ਇੱਕ ਘਰ ਦੇਖਣ ਗਿਆ, ਉਸ ਘਰ ਦੇ ਵਿੱਚ ਅਜੇ ਵੀ ਜਿਹੜਾ ਆਖਰੀ ਖਾਣਾ ਉੱਥੇ ਪੱਕਿਆ ਹੈ ਉਹਦੀ ਖੁਸ਼ਬੂ, ਉਹਦੀ ਜਿਹੜੀ ਨਾ ਬਾਸੀ ਹੋ ਰਹੀ ਖੁਸ਼ਬੂ ਉੱਥੇ ਮੌਜੂਦ ਹੈ। ਉੱਥੇ ਉਹ ਟਰੰਕ ਜਿਹੜੇ ਕੰਧਾਂ ਤੋਂ ਅਲੱਗ ਕੀਤੇ ਗਏ ਉੱਥੇ ਉਹਨਾਂ ਦੀ ਅਲੱਗ ਸਫੇਦੀ ਦੇ ਨਿਸ਼ਾਨ ਮੌਜੂਦ ਨੇ। ਉੱਥੇ ਅਜੇ ਵੀ ਜ਼ਮੀਨ ਦੇ ਉੱਤੇ ਕੁਝ ਚੌਲ ਦੀਆਂ ਕਣੀਆਂ ਆਕੜੀਆਂ ਹੋਈਆਂ ਬਿਲਕੁਲ, ਉਹ ਬਿਖਰੀਆਂ ਪਈਆਂ। ਕਹਿੰਦਾ ਬੰਦੇ ਘਰ ਛੱਡ ਗਏ ਪਰ ਘਰ ਨੇ ਬੰਦਿਆਂ ਨੂੰ ਨਹੀਂ ਛੱਡਿਆ। ਕਹਿੰਦੇ ਮੈਂ ਉਹ ਘਰ ਕਿੱਦਾਂ ਲੈ ਸਕਦਾ? ਉਹ ਘਰ ਜਿਹੜਾ ਹੈ ਉਹਦੀ ਇੱਕ ਅਲੱਗ ਜਿਹੜੀ ਹੈ ਇੱਕ ਪਰਸੋਨਾ ਹੈ, ਉਹ ਘਰ ਇੱਕ ਕੈਰੈਕਟਰ ਹੈ। ਉਹ ਘਰ ਕਹਿ ਰਿਹਾ ਕਿ ਨਾ ਤੂੰ ਨਾ ਆਈ ਹਰਭਜਨ ਸਿੰਘ, ਮੈਂ ਅਜੇ ਵੀ ਵੇਟ ਕਰ ਰਿਹਾ। ਜਿਸ ਘਰ 'ਚ ਮੈਂ ਪੈਦਾ ਹੋਇਆ ਉਸ ਘਰ ਦੇ ਜਿਹੜਾ ਆਰਕੀਟੈਕਚਰ ਸੀ ਬੜਾ ਇੰਟਰਸਟਿੰਗ ਸੀ। ਉਹਦਾ ਜਿਹੜਾ ਫਰੰਟ ਪੋਰਸ਼ਨ ਹੈ ਉਹਦੇ 'ਚ ਬਾਰੀਆਂ ਸੀਗੀਆਂ ਤਿੰਨ ਮੰਜ਼ਲਾਂ, ਔਰ ਉੱਪਰ ਇੱਕ ਹੋਰ ਮੰਜ਼ਲ ਸੀ ਜਿਹੜੀ ਅੱਧ ਅੱਧ ਬਣੀ ਮੰਜ਼ਲ ਸੀ, ਉਹਦੇ ਉੱਪਰ ਛੱਤ ਸੀਗੀ ਜਿਹਨੂੰ ਉੱਥੇ ਜਾ ਕੇ ਅਸੀਂ ਸੌਂਦੇ ਸੀ ਰਾਤੀ। ਅਤੇ ਜਿਹੜਾ ਪਿਛਲਾ ਪੋਰਸ਼ਨ ਸੀ ਜਿੱਥੇ ਜਨਾਨੀਆਂ ਰਹਿੰਦੀਆਂ ਸੀ ਉੱਥੇ ਕੋਈ ਬਾਰੀ ਨਹੀਂ ਸੀ। ਉਹਦੇ ਵਿੱਚ ਜਿਹੜੀ ਲਾਈਟ ਦਾ ਸਿਸਟਮ ਸੀ ਉਹ ਕੰਧਾਂ ਜਿਹੜੀ ਛੱਤਾਂ ਦੇ ਵਿੱਚ ਜਿਹੜੀਆਂ ਨਾ ਜਿਹਨੂੰ ਕਹਿੰਦੇ ਮੁੱਗ, ਤੁਸੀਂ ਪਤਾ ਨਹੀਂ ਦੇਖੀ ਕਿ ਨਹੀਂ ਦੇਖੀ ਕਿ ਛੱਤਾਂ ਦੇ ਵਿੱਚ ਆਇਰਨ ਨੈਟਸ ਜਿਹੜੇ ਨੇ ਉਹ ਜਿਹੜੇ ਉਹ ਪਾਏ ਜਾਂਦੇ ਸੀਗੇ। ਯਾਨੀ ਬਾਕੀ ਛੱਤ ਜਿਹੜੀ ਸੀਮੈਂਟ ਦੀ ਹੈ ਵਿਚਕਾਰ ਇੱਕ ਵੱਡਾ ਸਾਰਾ ਪੋਰਸ਼ਨ ਜਿਹੜਾ ਹੈ ਲੱਕੜੀ ਦੇ ਵਿੱਚ ਜਿਹੜਾ ਨਾ ਪਾ ਕੇ ਉਹਨਾਂ ਨੇ ਬੜੀਆਂ ਸਟਰੋਂਗ ਜਿਹੜੀਆਂ ਕੀ ਕਹਿੰਦੇ ਲੋਹੇ ਦੀਆਂ ਸਿੱਖਾਂ ਪਾਈਆਂ। ਉਹਨਾਂ ਸਿੱਖਾਂ ਥਾਣੀ ਜਿਹੜੀ ਹੈ ਲਾਈਟ ਆ ਰਹੀ ਹੈ। ਉਹ ਤੁਹਾਡਾ ਸਭ ਤੋਂ ਉੱਪਰ ਹੁੰਦਾ ਸੀ ਤੁਹਾਡਾ ਕਿਚਨ ਜਿੱਥੇ ਮੇਰੀ ਨਾਨੀ ਮੇਰੀ ਮਾਸੀਆਂ ਬੈਠ ਕੇ ਜਿਹੜਾ ਹੈ ਨਾ ਕੰਮ ਕਰਦੀਆਂ ਸੀ। ਉਸ ਤੋਂ ਥੱਲੇ ਦਾ ਜਿਹੜਾ ਪੋਰਸ਼ਨ ਉਹਦਾ ਘੱਟ ਲਾਈਟ ਆਉਂਦੀ ਸੀ, ਉੱਥੇ ਕੁਝ ਦੂਸਰੇ ਕਿਸਮ ਦੇ ਕੰਮ ਹੁੰਦੇ ਸੀ। ਜਿਹੜਾ ਸਭ ਤੋਂ ਥੱਲੇ ਦਾ ਪੋਰਸ਼ਨ 'ਚ ਸਭ ਤੋਂ ਘੱਟ ਲਾਈਟ ਆਉਂਦੀ ਸੀ ਉੱਥੇ ਜਨਾਨੀਆਂ ਜਿਹੜੀਆਂ ਬੈਠ ਕੇ ਉਹਨਾਂ ਦਾ ਅਲੱਗ ਐਕਸਕਲੂਸਿਵ ਇੱਕ ਜਗ੍ਹਾ ਸੀ ਜਿੱਥੇ ਉਹ ਬੈਠ ਕੇ ਨਹਾਉਣ ਧੋਣ ਦਾ ਕੰਮ ਕਰਦੀਆਂ ਸੀ, ਕੱਪੜੇ ਧੋਣ ਦਾ। ਉੱਥੇ ਬੰਦੇ ਨਹੀਂ ਸੀ ਜਾ ਸਕਦੇ, ਉੱਥੇ ਆਪਣਾ ਕੰਮ ਮੁਕਾ ਕੇ ਉਹ ਫਿਰ ਚਰਖਾ ਵੀ ਡਾਂਦੀਆਂ ਸੀ, ਪੰਜ ਸੱਤ ਜਿਹੜੀਆਂ ਅੱਠ ਜਿਹੜੀਆਂ ਤਰਿੰਜਨ ਜਿਹਨੂੰ ਤੁਸੀਂ ਕਹਿੰਦੇ ਹੈ, ਉੱਥੇ ਉਹ ਉਹਨਾਂ ਦਾ ਜਿਹੜਾ ਮਜ਼ਾਕ ਵੀ ਚੱਲਦੇ ਸੀ ਜਿਹਨਾਂ ਨੂੰ ਕਦੇ ਸਮਝ ਨਹੀਂ ਸੀ ਆਉਂਦੀ ਕਿ ਹੱਸ ਕਿਉਂ ਰਹੀਆਂ। ਆਦਮੀ ਦੀ ਸਭ ਤੋਂ ਵੱਡੀ ਪਰੇਸ਼ਾਨੀ ਜ਼ਿੰਦਗੀ 'ਚ ਹੈ ਕਿ ਉਹਨੂੰ ਸਮਝ ਨਹੀਂ ਆਉਂਦਾ ਕਿ ਔਰਤਾਂ ਹੱਸ ਕਿਉਂ ਰਹੀਆਂ। ਬੜੀ ਵੱਡੀ ਪਰੇਸ਼ਾਨੀ ਹੈ। ਅੱਜ ਵੀ ਉਹ ਚਾਰ ਕੁੜੀਆਂ ਖੜੀਆਂ ਹੋਣ ਔਰ ਹੱਸਦੀਆਂ ਨੇ, ਔਰ ਉਹਨਾਂ ਹੱਸਣ ਦਾ ਅੰਦਾਜ਼ ਬਿਲਕੁਲ ਡਿਫਰੈਂਟ ਹੈ। ਉਹਨਾਂ ਹੱਸਣ ਦਾ ਅੰਦਾਜ਼ ਜਿਹੜਾ ਆਦਮੀਆਂ ਦੇ ਹਾਸੇ ਨਾਲ ਮਿਲਦਾ ਨਹੀਂ ਹੈ। ਔਰ ਇੱਥੇ ਬੰਦੇ ਜਿਹੜੇ ਨੇ ਜਿਹਨੂੰ ਕਹਿੰਦੇ ਸੜੇ ਭੁੰਨੇ ਜਿਹੜੇ ਨੇ ਬੰਦੇ ਖੜੇ, ਯਾਰ ਇਹ ਕੁੜੀਆਂ ਹੱਸਦੀਆਂ ਕਿਉਂ ਪਈਆਂ? ਇਹ ਤ੍ਰਿੰਜਣ ਦਾ ਜਿਹੜਾ ਪੂਰਾ ਮਾਹੌਲ ਸੀ ਔਰ ਨਹਾਉਣ ਦਾ ਜਿਹੜਾ ਮਾਹੌਲ ਸੀ ਉਹਦੇ ਕਦੀ ਰਹਿ ਰਹਿ ਕੇ ਤੁਹਾਨੂੰ ਬਹੁਤ ਅਜੀਬ ਜਿਹੀਆਂ ਕਿਲਕਾਰੀਆਂ ਸੁਣਾਈ ਪੈਂਦੀਆਂ ਸੀ ਕਿ ਉਹ ਘਰ ਦੀਆਂ ਔਰਤਾਂ ਉੱਥੇ। ਮੈਂ ਕਹਾਣੀ ਸੁਣਾ ਰਿਹਾ ਕਿ ਜਿਹੜਾ ਸਭ ਤੋਂ ਉੱਪਰਲਾ ਜਿਹੜਾ ਸੀਗਾ ਉੱਥੇ ਜਿੱਥੇ ਕਿਚਨ ਸੀਗਾ ਉਸ ਕਿਚਨ 'ਚ ਇੱਕ ਬੜਾ ਵੱਡਾ ਹੈਵੀ ਡੋਰ ਸੀ ਪਿੱਛੇ, ਉਹ ਜਿਹੜਾ ਉਹ ਜਿਹੜਾ ਦਰਵਾਜ਼ਾ ਸੀ ਕਦੇ ਨਹੀਂ ਸੀ ਖੁੱਲ੍ਹਦਾ। ਅਤੇ ਅਸੀਂ ਬੱਚੇ ਜਾ ਕੇ ਪੁੱਛਣਾ ਆਪਣੀ ਨਾਨੀ ਨੂੰ ਮਾਸੀ ਨੂੰ ਕਿ ਦਰਵਾਜ਼ਾ ਖੁੱਲ੍ਹਦਾ ਕਿ ਨਹੀਂ, ਉਹਨਾਂ ਨੇ ਕਦੀ ਉਸ ਗੱਲ ਦਾ ਜਵਾਬ ਨਹੀਂ ਦੇਣਾ ਕਦੀ। ਇੱਕ ਦਿਨ ਮੈਂ ਉੱਪਰ ਸੁੱਤਾ ਪਿਆ ਔਰ ਅੱਧੀ ਰਾਤ ਨੂੰ ਘਰ 'ਚ ਬੜੀ ਹਲਚਲ ਹੋ ਗਈ, ਮੈਂ ਛੋਟਾ ਬੱਚਾ
बड़ी हलचल। मेरी मौसियां उपर थले जड़ियां जा रही हैं, उन्होंने ना इतने वंगा पड़का रही हैं खुशी च। राती ढाई तीन बजे कादी खुशी जड़ी घर से उतरी, मैं मेरी जी नींद जी अद्धी पचद्धी जी खुल गई है, तो मैं देखना है कि एक बंदा ओदा मूँह बिल्कुल मेरे मूँह के उत्ते, और वो बड़ा वो मुस्कान है मूँह से, और उन्होंने मासियाँ कह दी ना सौन दो मीर मीर चाचे ने सौन दो। मीर चाचा कौन है? वो बंदा लाहौर तो आया है। मीर चाचा राती उत्थे आता है, उत्थे आके ओ मदन गोपाल सिंह दे मूँह तो बच्चे जे मूँह दे उत्ते देखता है, इदा देख रहा है और बड़ा खुश है, लेकिन पता नहीं हो सकता है वह रोण हाका भी हो, आई डोंट नो। इतने खत्म होती है, मतलब इस तरह लगता है जिस तरह कोई ख्वाब है, कोई सपना है। अगले दिन जो मैं उठ के थले आना किचन जाना, इस गल का मैं पक्का एहसास है कि कल राती वो दरवाजा जोड़ा है वह खोलिया गया। बंद है दरवाजा, लेकिन इस गल के मतलब मैं पक्का एहसास है कि इन्हों कल राती खोलिया गया दरवाजे, क्योंकि वो एक पास एक सिलाई की मशीन पई है जी पहल नहीं सी सकती। अपनी जिंदगी बहुत देर बाद मैं पता लगता है कि उस रात हमीद चाचा आया सी जिदा घर साढ़े उस दरवाजे के उधर से, और इधर बैठी मेरी नानी उधर जड़ी है जड़ी औरत पका रही है, दोवें किचन से गल्लां कर दियां सी। और उन्हें उस दरवाजे खोल के उतो मशीन कड़ी है जड़ी कि सिलाई मशीन है, उन्हें कई बार सोचा है कि मैं इस मशीन का की करा, लैके जावा ना लैके जावा। वो मशीन जी है मेरी नानी को छड़ जाता है, कहता करतारपुरे ये मशीन आज तो तेरी हुई। थले जाना मैं देखना कि साइकिल एक टंगे है दीवार के उत्ते, और मैं अपने मामे को पूछना कि साइकिल कौन है, कहते मैं टंगे रह हमीद चाचा उस रात उत्थे आते ने कुड़ियां नू वंगा देंदे ने अपना पहाड़ी नमक लियांदे ने सवेरे चले जाते ने मेरे उठन तो पहला निकल गए। ट्रॉमा जड़े ने पार्टीशन दे इन्हां दी दूसरी साइड की है, एक बॉन्डिंग जड़ी है उहदा मतलब की है। इस वक्त मैं एक फिल्म लिख रहे हैं जी के पार्टीशन पर है, फुल लेंथ फीचर फिल्म।